ਨਾਭਾ ਮੈਕਸੀਮਮ ਸਿਕਿਉਰਿਟੀ ਜੇਲ੍ਹ ਤੋਂ ਅੱਜ ਨਾਭਾ ਜੇਲ੍ਹ ਬ੍ਰੇਕ ਦੇ ਮੁੱਖ ਸਾਜ਼ਿਸ਼ਕਾਰ ਕੁਖਿਆਤ ਗੈਂਗਸਟਰ ਕੁਲਪ੍ਰੀਤ ਸਿੰਘ ਨੀਟਾ ਦਿਓਲ, ਆਤੰਕੀ ਸੁਰਜੀਤ ਸਿੰਘ ਪੁੱਤਰ ਟੇਕ ਸਿੰਘ ਅਤੇ ਹੋਰ 4 ਗੈਂਗਸਟਰਾਂ ਸਮੇਤ ਕੁੱਲ 6 ਦੋਸ਼ੀਆਂ ਨੂੰ ਨਾਭਾ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ, ਜਿਸ ਦੌਰਾਨ ਹਸਪਤਾਲ ਦੇ ਐਮਰਜੈਂਸੀ ਵਿਭਾਗ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ 3 ਥਾਣਿਆਂ ਦੀ ਪੁਲਿਸ ਤੋਂ ਇਲਾਵਾ ਸਪੈਸ਼ਲ ਕਮਾਂਡੋ ਦਸਤੇ ਦੇ ਸੁਰੱਖਿਆ ਘੇਰੇ ਵਿੱਚ 6 ਦੋਸ਼ੀਆਂ ਦਾ ਡਾਕਟਰਾਂ ਵੱਲੋਂ ਮੈਡੀਕਲ ਚੈੱਕਅਪ ਕੀਤਾ ਗਿਆ। ਇਸ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਵਧਾਉਣੀ ਜ਼ਰੂਰੀ ਸੀ ਕਿਉਂਕਿ ਸਾਲ 2016 ਦੌਰਾਨ ਨਾਮੇ ਗੈਂਗਸਟਰ ਪਲਵਿੰਦਰ ਪਿੰਦਾ ਨੂੰ ਉਸਦੇ ਸਾਥੀ ਹਸਪਤਾਲ ਵਿੱਚੋਂ ਫਾਇਰਿੰਗ ਕਰਕੇ ਭਜਾ ਕੇ ਲੈ ਗਏ ਸਨ, ਜੋ ਪੁਲਿਸ ਲਈ ਵੱਡੀ ਸਿਰਦਰਦੀ ਬਣਿਆ ਰਿਹਾ ਅਤੇ ਜੇਲ੍ਹ ਬ੍ਰੇਕ ਸਣੇ ਕਈ ਵਾਰਦਾਤਾਂ ਨੂੰ ਅੰਜਾਮ ਵੀ ਦਿੱਤਾ ਸੀ। ਇਹਦੇ 'ਚ ਗੈਂਗਸਟਰ ਅਤੇ ਇੱਕ ਮੁੰਡਾ ਅੱਤਵਾਦੀ, ਇਹਨਾਂ ਨੇ ਮੈਡੀਕਲ ਜਿਹੜੀ ਹਸਪਤਾਲ ਆਪਣੀ ਜੇਲ੍ਹ ਦੀ, ਉਹ ਡਾਕਟਰ ਸਾਹਿਬ ਨੇ ਰੈਫਰ ਕੀਤਾ ਸੀ ਇੱਥੇ ਮੈਡੀਕਲ ਚੈੱਕਅਪ ਲਈ ਲੈ ਕੇ ਆਏ ਇਹਨਾਂ ਨੂੰ ਅਸੀਂ ਅਤੇ ਇਹਨਾਂ ਦਾ ਮੈਡੀਕਲ ਚੈੱਕਅਪ ਕਰਾਇਆ, ਜੋ ਵੱਖ ਵੱਖ ਡਾਕਟਰਾਂ ਤੋਂ ਕਰਾਇਆ ਕਿ ਇਹੋ ਜਿਹੇ ਜੋ ਇਹਨਾਂ ਦੀ ਬਿਮਾਰੀਆਂ ਸੀ ਉਹ ਚੈੱਕਅਪ ਕਰਾ ਕੇ ਟੈਰਰਿਸਟ ਕਿਹੜਾ ਸਰ ਟੈਰਰਿਸਟ ਇਹਨਾਂ 'ਚ ਮਰਾਂਡੋ ਨੀਟਾ ਦਿਓਲ ਸੁਰਜੀਤ ਟੇਕ ਇੱਕ ਜਰਨੈਲ ਸਿੰਘ ਆ ਜਗਰੂਪ ਸਿੰਘ ਦੀਪਾ ਇੱਕ ਬਲਵਿੰਦਰ ਸਿੰਘ ਆ ਇੱਕ ਅਮਰਦੀਪ ਸਿੰਘ ਇਹ ਕਿਹੜੇ ਕਿਹੜੇ ਕੇਸ 'ਚ ਸੀਗੇ ਜੀ ਇਹਨਾਂ ਨਹੀਂ ਮਿਲੇ ਜੀ।